ਕੀ ਤੁਸੀਂ ਜਾਣਦੇ ਹੋ ਪੰਜ ਤਖਤਾਂ ਦੇ ਨਾਮ? ਕੀ ਤੁਸੀਂ ਜਾਣਦੇ ਹੋ 10 ਗੁਰੂ ਸਾਹਿਬਾਨਾਂ ਜੀ ਦੇ ਨਾਮ? ਕੀ ਤੁਸੀਂ ਜਾਣਦੇ ਹੋ 5 ਪਿਆਰਿਆਂ ਦੇ ਨਾਮ? ਅਗਰ ਨਹੀਂ ਤਾਂ ਮੇਰੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਅਤੇ ਅਖੀਰ ਤੱਕ ਜ਼ਰੂਰ ਦੇਖਣਾ, ਕਿਉਂਕਿ ਅੱਜ ਮੈਂ ਲੈ ਕੇ ਹਾਜ਼ਰ ਹੋਈ ਹਾਂ ਸਿੱਖ ਇਤਿਹਾਸ ਨਾਲ ਜੁੜੀ ਮੁੱਢਲੀ ਜਾਣਕਾਰੀ ਨੂੰ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਕੌਮੀ ਸੋਚ ਮਲਟੀਮੀਡੀਆ। ਸ਼ੁਰੂ ਕਰਦੇ ਹਾਂ ਜੀ 10 ਗੁਰੂ ਸਾਹਿਬਾਨਾਂ ਜੀ ਦੇ ਨਾਮ ਤੋਂ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਦਾ ਪ੍ਰਕਾਸ਼ ਰਾਏਭੋਇ ਦੀ ਤਲਵੰਡੀ ਪਾਕਿਸਤਾਨ ਵਿਖੇ ਹੋਇਆ। ਦੂਸਰੀ ਪਾਤਸ਼ਾਹੀ ਗੁਰੂ ਅੰਗਦ ਸਾਹਿਬ ਜੀ, ਜਿਨ੍ਹਾਂ ਦਾ ਪ੍ਰਕਾਸ਼ ਮੱਤੇ ਦੀ ਸਰਾਬ ਮੁਕਤਸਰ ਸਾਹਿਬ ਵਿਖੇ ਹੋਇਆ। ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਸਾਹਿਬ ਜੀ, ਜਿਨ੍ਹਾਂ ਦਾ ਪ੍ਰਕਾਸ਼ ਬਾਸਰਾ ਕੇ ਗਿਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਸਾਹਿਬ ਜੀ, ਜਿਨ੍ਹਾਂ ਦਾ ਪ੍ਰਕਾਸ਼ ਚੁੰਨੀ ਮੰਡੀ ਲਾਹੌਰ ਪਾਕਿਸਤਾਨ ਵਿਖੇ ਹੋਇਆ। ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਸਾਹਿਬ ਜੀ, ਜਿਨ੍ਹਾਂ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਤਰਨ ਤਾਰਨ ਵਿਖੇ ਹੋਇਆ। ਛੇਵੀਂ ਪਾਤਸ਼ਾਹੀ ਮੇਰੀ ਪੀੜ੍ਹੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਦਾ ਪ੍ਰਕਾਸ਼ ਗੁਰੂ ਕੀ ਵੰਡਾਲੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਸੱਤਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ, ਜਿਨ੍ਹਾਂ ਦਾ ਪ੍ਰਕਾਸ਼ ਕੀਰਤਪੁਰ ਸਾਹਿਬ ਵਿਖੇ ਹੋਇਆ। ਅੱਠਵੀਂ ਪਾਤਸ਼ਾਹੀ ਗੁਰੂ ਹਰਕਿਸ਼ਨ ਸਾਹਿਬ ਜੀ, ਜਿਨ੍ਹਾਂ ਦਾ ਪ੍ਰਕਾਸ਼ ਕੀਰਤਪੁਰ ਸਾਹਿਬ ਵਿਖੇ ਹੋਇਆ। ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਦਾ ਪ੍ਰਕਾਸ਼ ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦਾ ਪ੍ਰਕਾਸ਼ ਪਟਨਾ ਸਾਹਿਬ ਵਿਖੇ ਹੋਇਆ। ਆਓ ਜੀ ਹੁਣ ਜਾਣਦੇ ਹਾਂ 5 ਪਿਆਰਿਆਂ ਦੇ ਨਾਮ। ਪਹਿਲੇ ਸਨ ਭਾਈ ਦਇਆ ਸਿੰਘ ਜੀ, ਜੋ ਕਿ ਲਾਹੌਰ ਤੋਂ ਹੋਏ ਸਨ। ਦੂਸਰੇ ਸਨ ਭਾਈ ਧਰਮ ਸਿੰਘ ਜੀ, ਜੋ ਕਿ ਮੇਰਠ ਤੋਂ ਹੋਏ ਸਨ। ਤੀਸਰੇ ਸਨ ਭਾਈ ਹਿੰਮਤ ਸਿੰਘ ਜੀ, ਜੋ ਕਿ ਜਗਨਨਾਥਪੁਰੀ ਤੋਂ ਹੋਏ ਸਨ। ਚੌਥੇ ਸਨ ਭਾਈ ਮੋਹਕਮ ਸਿੰਘ ਜੀ, ਜੋ ਕਿ ਦੁਆਰਕਾ ਤੋਂ ਹੋਏ ਸਨ। ਪੰਜਵੇਂ ਸਨ ਭਾਈ ਸਾਹਿਬ ਸਿੰਘ ਜੀ, ਜੋ ਕਿ ਬਿਦਰ ਤੋਂ ਹੋਏ ਸਨ। ਹੁਣ ਜਾਣਦੇ ਹਾਂ ਜੀ 4 ਸਾਹਿਬਜ਼ਾਦਿਆਂ ਜੀ ਦੇ ਨਾਮ। ਪਹਿਲੇ ਸਨ ਬਾਬਾ ਅਜੀਤ ਸਿੰਘ ਜੀ, ਦੂਸਰੇ ਸਨ ਬਾਬਾ ਜੁਝਾਰ ਸਿੰਘ ਜੀ, ਤੀਸਰੇ ਸਨ ਬਾਬਾ ਜ਼ੋਰਾਵਰ ਸਿੰਘ ਜੀ, ਚੌਥੇ ਸਨ ਬਾਬਾ ਫਤਿਹ ਸਿੰਘ ਜੀ। ਹੁਣ ਜਾਣਦੇ ਹਾਂ ਜੀ 5 ਕੰਕਾਰਾਂ ਦੇ ਨਾਮ। ਪਹਿਲਾ ਕਕਾਰ ਹੈ ਜੀ ਕੇਸ, ਦੂਜਾ ਕਕਾਰ ਹੈ ਜੀ ਕੰਗਾ, ਤੀਜਾ ਕੰਕਾਰ ਹੈ ਜੀ ਕਿਰਪਾਨ, ਚੌਥਾ ਕਕਾਰ ਹੈ ਜੀ ਕੜਾ ਅਤੇ ਪੰਜਵਾਂ ਕਕਾਰ ਹੈ ਜੀ ਕਛਹਿਰਾ। ਹੁਣ ਜਾਣਦੇ ਹਾਂ ਜੀ ਸਿੱਖ ਧਰਮ ਦੇ 5 ਤਖਤਾਂ ਦੇ ਨਾਮ। ਪਹਿਲਾ ਤਖਤ ਹੈ ਜੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ। ਦੂਸਰਾ ਤਖਤ ਹੈ ਜੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ। ਤੀਸਰਾ ਤਖਤ ਹੈ ਜੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ। ਚੌਥਾ ਤਖਤ ਹੈ ਜੀ ਤਖਤ ਸ਼੍ਰੀ ਪਟਨਾ ਸਾਹਿਬ, ਜਿਸ ਨੂੰ ਆਪਾਂ ਹਰਿਮੰਦਰ ਸਾਹਿਬ ਦੇ ਨਾਮ ਨਾਲ ਵੀ ਜਾਣਦੇ ਹਾਂ, ਬਿਹਾਰ ਵਿਖੇ। ਪੰਜਵਾਂ ਹੈ ਜੀ ਸੱਚਖੰਡ ਹਜ਼ੂਰ ਸਾਹਿਬ ਨੰਦੇੜ ਵਿਖੇ। ਤੁਹਾਨੂੰ ਮੇਰੀ ਅੱਜ ਦੀ ਦਿੱਤੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਮੈਂ ਆਪ ਜੀ ਨਾਲ ਜੋ ਵੀ ਜਾਣਕਾਰੀ ਸਾਂਝੀ ਕੀਤੀ ਹੈ ਸਾਰੀ ਨੈੱਟ 'ਤੇ ਕੀਤੀ ਰਿਸਰਚ ਦੇ ਮੁਤਾਬਿਕ ਕੀਤੀ ਹੈ। ਅਗਰ ਕੋਈ ਗਲਤੀ ਲੱਗੀ ਹੋਵੇ ਤਾਂ ਕਮੈਂਟ ਕਰਕੇ ਮੇਰੇ ਧਿਆਨ ਵਿੱਚ ਜ਼ਰੂਰ ਲਿਆਉਣਾ, ਤਾਂ ਕਿ ਮੈਂ ਅੱਗੇ ਤੋਂ ਉਸ ਗਲਤੀ ਦਾ ਸੁਧਾਰ ਕਰ ਸਕਾਂ। ਸੋ ਅੱਜ ਦੀ ਮੇਰੀ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।